ਪੰਜਾਬ ਟਾਈਮ ਚੈਨਲ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ। ਖਾਸ ਖਬਰ ਦੇਖ ਰਹੇ ਹਾਂ ਅੰਮ੍ਰਿਤਸਰ ਸ਼ਹਿਰ ਦੀ, ਜਿੱਥੇ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਆਸ ਪਾਸ ਦੇ ਜੋ ਏਰੀਆ ਹੈਗੇ ਆ ਜਿੱਥੇ ਕਿ ਸੰਗਤਾਂ ਦਾ ਭਾਰੀ ਰਸ਼ ਰਹਿੰਦਾ ਸੀ, ਪਰ ਹੁਣ ਕਿਤੇ ਨਾ ਕਿਤੇ ਜੋ ਕਿ ਇਹ ਰਸਤੇ ਸੁਨਸਾਨ ਹੋਣ ਦੇ ਕਾਰਨ ਜਿਸ ਤਰ੍ਹਾਂ ਕਿ ਕਾਫੀ ਜਿਹੜਾ ਕਿ ਇੱਕ ਦੁੱਖ ਲੱਗਦਾ ਹੈਗਾ ਕਿ ਔਰ ਕਿਤੇ ਨਾ ਕਿਤੇ ਸੰਗਤਾਂ ਦਾ ਭਾਰੀ ਇੱਥੇ ਇਕੱਠ ਹੁੰਦਾ ਸੀਗਾ। ਅਸੀਂ ਖਾਸ ਗੱਲਬਾਤ ਕੀਤੀ ਹੈ ਇੱਥੋਂ ਦੇ ਅਫਸਰ ਸਾਹਿਬਾਨ ਨਾਲ, ਸੁਣਦੇ ਹਾਂ ਕੀ ਕਹਿੰਦੇ ਨੇ। ਜੋ ਇਸ ਟਾਈਮ ਹਰਿਮੰਦਰ ਸਾਹਿਬ ਦੇ ਲਾਗੇ ਡਿਊਟੀ ਲੱਗੀ, ਕਿਸ ਤਰ੍ਹਾਂ ਕੀ ਮਹਿਸੂਸ ਕਰਦੇ ਜੀ? ਦੇਖੋ ਜੀ, ਲੋਕਡਾਊਨ ਦੇ ਚੱਲਦਿਆਂ ਹੋਇਆ ਜੋ ਪ੍ਰਸ਼ਾਸਨ ਨੇ, ਪੰਜਾਬ ਪੁਲਿਸ ਨੇ ਜੋ ਪ੍ਰਬੰਧ ਕੀਤੇ ਨੇ ਉਹ ਅੱਛੇ ਪ੍ਰਬੰਧ ਨੇ, ਅਤੇ ਪਬਲਿਕ ਦਾ ਵੀ ਸਾਨੂੰ ਸਹਿਯੋਗ ਮਿਲਦਾ ਪਿਆ ਹੈ। ਟਾਵਾਂ ਟਾਵਾਂ ਜੀਵ ਜਿਹੜਾ ਇਹ ਮੱਥਾ ਟੇਕਣ ਵਾਸਤੇ ਆਉਂਦਾ ਹੈ ਅਤੇ ਉਹਨਾਂ ਨੂੰ ਤਕਰੀਬਨ ਪੁਲਿਸ ਵਾਪਸ ਕਰ ਦਿੰਦੀ ਹੈ। ਫਿਰ ਵੀ ਕੋਈ ਜਿਹੜੇ ਸੇਵਾਦਾਰ ਨੇ, ਜਿਹੜੇ ਜਿਨ੍ਹਾਂ ਦੇ ਅੰਦਰ ਪਾਸ ਬਣੇ ਹੋਏ ਨੇ, ਉਹ ਗੁਰੂ ਪਿਆਰੇ ਹੀ ਅੰਦਰ ਜਾਂਦੇ ਨੇ ਸੇਵਾ ਕਰਨ ਵਾਸਤੇ, ਸਫਾਈ ਸਫੂਈ ਵਾਸਤੇ। ਉਸ ਤਰ੍ਹਾਂ ਲੋਕਡਾਊਨ ਦੇ ਸੰਬੰਧ ਵਿੱਚ ਬਹੁਤ ਅੱਛਾ ਪ੍ਰਬੰਧ ਕੀਤਾ ਹੈ ਜੋ ਪੁਲਿਸ ਨੇ, ਉਹ ਬਿਲਕੁਲ ਠੀਕ ਚੱਲਦਾ ਪਿਆ। ਔਰ ਛੋਟੀ ਜਿਹੀ ਜਾਣਕਾਰੀ ਜਾਣਨਾ ਚਾਹੁੰਦੇ ਕਿ ਪਾਸ ਤੋਂ ਬਿਨਾਂ ਵੀ ਅੰਦਰ ਜਾਣ ਦੀ ਹਰਿਮੰਦਰ ਸਾਹਿਬ ਇਜਾਜ਼ਤ ਹੈਗੀ ਜਾਂ ਨਹੀਂ ਜੀ ਕੁਛ ਸਿੰਘਾਂ ਜਾਂ ਸੰਗਤ ਨੂੰ ਜੀ? ਦੇਖੋ ਜੀ, ਪ੍ਰਸ਼ਾਸਨ ਵੱਲੋਂ ਤਾਂ ਨਹੀਂ ਹੈ। ਠੀਕ ਹੈ, ਪ੍ਰਸ਼ਾਸਨ ਵੱਲੋਂ ਤਾਂ ਨਹੀਂ ਹੈ। ਪ੍ਰਸ਼ਾਸਨ ਵੱਲੋਂ ਤਾਂ ਇਹ ਹੈ ਕਿ ਆਪਣੇ ਘਰਾਂ ਵਿੱਚ ਰਹੋ, ਇਸ ਬਿਮਾਰੀ ਦੇ ਉੱਤੇ ਕਾਬੂ ਪਾਇਆ ਜਾ ਸਕੇ। ਠੀਕ ਹੈ ਜੀ। ਅਤੇ ਅੱਗੇ ਪਬਲਿਕ ਦੀ ਮੌਜ ਹੈ, ਪਬਲਿਕ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਾਰੀ ਪਬਲਿਕ ਇਹੋ ਜਿਹੀ ਨਹੀਂ ਹੈ। ਹਾਂਜੀ ਹਾਂਜੀ। ਅਤੇ ਅੱਗੇ ਪਬਲਿਕ ਦੀ ਮੌਜ ਹੈ, ਕੀ ਪਬਲਿਕ ਕਹਿੰਦੀ ਹੈ। ਔਰ ਚੱਲਦੇ ਕੋਈ ਮੈਸੇਜ ਸੰਗਤਾਂ ਵਾਸਤੇ, ਪਬਲਿਕ ਵਾਸਤੇ? ਸੰਗਤਾਂ ਵਾਸਤੇ ਮੈਸੇਜ ਇਹ ਕਹੂੰਗਾ ਕਿ ਆਪਾਂ ਆਪਣੇ ਘਰਾਂ ਦੇ ਵਿੱਚ ਲੋਕਡਾਊਨ ਜੋ ਪ੍ਰਬੰਧ ਹੋਏ ਨੇ, ਲੋਕਡਾਊਨ ਰਹਿਣ, ਘਰਾਂ 'ਚ ਰਹਿਣ, ਅਸੀਂ ਇਸ ਬਿਮਾਰੀ ਤੋਂ ਕਾਬੂ ਕਰ ਸਕੀਏ, ਅਤੇ ਬਿਮਾਰੀ ਨੂੰ ਕਾਬੂ ਕਰਕੇ ਅਸੀਂ ਆਪਣੇ ਇੰਡੀਆ ਨੂੰ, ਪੰਜਾਬ ਨੂੰ ਜਿਤਾ ਸਕੀਏ, ਅਤੇ ਉਸ ਮਾਲਕ ਦਾ ਸ਼ੁਕਰਾਨਾ ਕਰੀਏ, ਅਤੇ ਪਰਮੇਸ਼ਰ ਸਭ ਦਾ ਭਲਾ ਕਰੇਗਾ। ਧੰਨਵਾਦ। ਤੋ ਜੈਸੇ ਕਿ ਅੰਮ੍ਰਿਤਸਰ ਮੈਂ ਹਮ ਦੇਖ ਰਹੇ ਕਿ ਚਾਰੋਂ ਤਰਫ ਦਰਵਾਜ਼ੇ ਬੰਦ ਹੋ ਚੁੱਕੇ ਹੈ ਆਉਣਾ ਜਾਣਾ, ਤੋ ਕਿਆ ਕਹਿਣਾ ਚਾਹਤੇ ਆਪ? ਖੁੱਲ੍ਹਾ ਜਾਏਗਾ। ਤੋ ਜੈਸੇ ਜੋ ਜੈਸੇ ਹਮ ਮੰਦਿਰ ਮੇਂ ਬੈਠੇ ਹਾਂ, ਤੋ ਜਹਾਂ ਹਮ ਦੇਖ ਸਕਤੇ ਹੈ ਕਿ ਸੰਗਤ ਕਾ ਆਉਣਾ ਜਾਣਾ ਬੰਦ ਹੁਆ, ਤੋ ਕਿਆ ਹਿਸਾਬ ਲੱਗ ਰਿਹਾ ਹੈ? ਦੁੱਖ ਹੋ ਰਹਾ ਹੋਗਾ? ਅੱਛਾ ਨਹੀਂ ਲੱਗ ਰਿਹਾ, ਦੁੱਖ ਲੱਗ ਰਿਹਾ। ਤੋ ਜੈਸੇ ਅਬ ਹਰਿਮੰਦਰ ਸਾਹਿਬ ਮੇਂ ਵੀ ਦੇਖਤੇ ਥੇ ਕਿ ਕੋਈ ਨਹੀਂ ਆ ਰਹਾ ਉਧਰ ਵੀ। ਜੀ ਜੀ ਜੀ, ਰੋਡ ਖਾਲੀ ਬੜਾ ਹੁਆ ਹੈ ਜੀ। ਅਬ ਹਮ ਇਸ ਤਰਫ ਸੇ ਵੀ ਦੇਖ ਰਹੇ ਹੈ, ਜੈਸੇ ਆਪਸੇ ਬਾਤਚੀਤ ਕਰ ਰਹੇ ਹੈ, ਕੋਈ ਇਹ ਰਸਤਾ ਬੰਦ ਹੁਆ ਹੈ, ਤੋ ਜਹਾਂ ਕਿਤਨਾ ਸੰਗਤ ਕਾ ਆਣਾ ਜਾਣਾ ਥਾ, ਤੋ ਕਿਆ ਕਹਿਣਾ ਚਾਹਤੇ ਕਿ ਜੈਸੇ ਅਭੀ ਸੰਗਤ ਕੇ ਲੀਏ ਜਾਂ ਸੰਗਤ ਕੇ ਲੀਏ ਖੁੱਲਣਾ ਚਾਹੀਏ, ਰਸਤਾ ਖੁੱਲਣਾ ਚਾਹੀਏ। ਤੋ ਇੱਕ ਛੋਟੀ ਸੀ ਬਾਤ ਹਮ ਔਰ ਕਰਨਾ ਚਾਹਤੇ ਹੈ ਕਿ ਜੈਸੇ ਜਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਜਿਸ ਸਮੇਂ ਹੋਤੇ ਥੇ ਕੋੜ ਕੇ ਰੋਗੀਆਂ ਕਾ, ਉਹਨਾਂ ਨੇ ਖੁਦ ਇਲਾਜ ਕੀਆ ਥਾ, ਤੋ ਅਬ ਜੋ ਧਾਰਮਿਕ ਜਥੇਬੰਦੀਆਂ ਕੋ ਸਾਹਮਣੇ ਆਉਣਾ ਚਾਹੀਏ ਕਿਆ? ਆਉਣਾ ਚਾਹੀਏ। ਠੀਕ, ਔਰ ਕੋਈ ਮੈਸੇਜ ਦੇਣਾ ਚਾਹਤੇ ਹੈ ਕਰੋਨਾ ਵਾਇਰਸ ਦੇ ਲੋਕੋ ਕੋ ਜਾਂ ਭਗਵਾਨ ਕੋ, ਕੋਈ ਪ੍ਰਾਰਥਨਾ ਕਿ ਜੇ ਸਭ ਠੀਕ ਹੋ? ਠੀਕ ਹੋਣਾ ਚਾਹੀਏ ਜੀ ਜੀ, ਪ੍ਰਾਰਥਨਾ। ਧੰਨਵਾਦ। ਕਹਾਂ ਕੇ ਰਹਿਣੇ ਵਾਲੇ ਹੈ? ਇੰਦੌਰ, ਮੱਧ ਪ੍ਰਦੇਸ਼। ਜੈਸੇ ਅੱਜ ਅੰਮ੍ਰਿਤਸਰ ਮੇਂ ਆਪ ਜਹਾਂ ਬੈਠੇ ਹੋਏ, ਤੋ ਆਪਕਾ ਅੱਜ ਖਾਣੇ ਪੀਣੇ ਕਾ ਕੋਈ ਮੁਸ਼ਕਲ ਆ ਰਹਾ ਹੈ ਆਪਕੋ? ਅਭੀ ਤੋ ਕੋਈ ਦਿੱਕਤ ਨਹੀਂ ਮਿਲਤਾ ਹੈ ਲੰਗਰ ਯਹਾਂ ਵਾਹਿਗੁਰੂ ਜੀ ਕਾ, ਹਰਿਮੰਦਰ ਸਾਹਿਬ ਸੇ? ਹਾਂ, ਲੰਗਰ ਮਿਲ ਰਹਾ ਹੈ। ਹਾਂ, ਲੰਗਰ ਮਿਲ ਰਹਾ ਹੈ। ਤੋ ਜੈਸੇ ਆਪ ਜਹਾਂ ਫੁੱਟਪਾਥ ਪੇ ਬੈਠੇ ਹੈ, ਜੈਸੇ ਜਹਾਂ ਆਪਕੋ ਕੋਈ ਕਮਰ ਰੂਮ ਨਹੀਂ ਮਿਲਾ ਕਹੀਂ ਸੇ? ਰੂਮ ਕਾ ਐਡਜਸਟ ਕਰਾ ਰਹਾ ਆਪਣਾ ਯਾਰ ਐਸਐਸ ਕਾ ਲਗਾ ਦਾ ਸੀਵੀਅਰ ਮਾਪਨ ਸੇ, ਕੋਈ ਸੰਭਾਵਨਾ ਨਹੀਂ ਬਣੀ ਨਾ ਇਹ ਦੁਰਗਾਣਾ ਮੰਦਿਰ ਮੇਂ। ਤੋ ਜੈਸੇ ਜਹਾਂ ਕੋਈ ਮੈਡੀਕਲ ਪ੍ਰੋਬਲਮ, ਜੈਸੇ ਆਪ ਜਹਾਂ ਸੁਨਸਾਨ ਜਗ੍ਹਾ ਪੇ ਹੈਂ, ਤੋ ਕੁਛ ਕਿਆ ਹੋਰ ਦਿਨ ਨਿਕਾਲ ਰਹੇ? ਠੀਕ ਹੈ ਜੀ। ਤੋ ਵਾਫੀ ਕੇ ਲਈ ਕੋਈ ਪ੍ਰਬੰਧ ਨਹੀਂ ਬਣਾ? ਨਹੀਂ, ਕੋਈ ਪ੍ਰਬੰਧ ਨਹੀਂ ਬਣਾ ਨਾ। ਠੀਕ ਹੈ। ਕੋਈ ਗਵਰਨਮੈਂਟ ਸੇ ਡਿਮਾਂਡ ਕਰਨਾ ਚਾਹਤੇ ਹੈ ਕਿ ਆਪਕੀ ਵਾਪਸੀ ਕੇ ਲਈ, ਕੋਈ ਘਰ ਵਾਪਸੀ ਕੇ ਲਈ? ਘਰ ਵਾਪਸੀ ਕੇ ਲਈ ਉਹਦੀ ਡਿਮਾਂਡ ਜਾਣਾ ਹੈ। ਠੀਕ ਹੈ। ਕਹਾਂ ਕੇ ਰਹਿਣੇ ਵਾਲੇ ਆ? ਹਿਮਾਚਲ। ਹਿਮਾਚਲ ਕੇ? ਤੋ ਜੈਸੇ ਆਪਕੋ ਜੋ ਜੈਸੇ ਅੰਮ੍ਰਿਤਸਰ ਮੇਂ ਆਏ, ਤੋ ਜਹਾਂ ਆਪਕੋ ਕਿਆ ਮੁਸ਼ਕਿਲ ਆ ਰਹੀ ਹੈ? ਮੁਸ਼ਕਿਲ ਰਹਿਣੇ ਕੇ ਤੋ ਐਸੇ ਹੀ ਹੈ, ਪਰ ਖਾਣ ਪੀਣ ਕੇ ਲਈ ਅੰਤਰ ਹੈ। ਤੋ ਪਰਿਵਾਰ ਸੇ ਬਾਤਚੀਤ ਹੋਤੀ ਹੈ ਆਪਕੀ? ਹਾਂਜੀ। ਤੋ ਵਹਾਂ ਅਭੀ ਜੈਸੇ ਆਪ ਜਹਾਂ ਰਹਿ ਰਹੇ ਹੈ, ਤੋ ਜੈਸੇ ਆਪਕੇ ਪਾਸ ਰੂਮ ਨਹੀਂ ਹੈ, ਕੁਛ ਕਹਿਣਾ ਚਾਹਤੇ ਆਪ? ਕੁਛ ਨਹੀਂ ਜੀ, ਇਸ ਬਾਰੇ ਮੈਂ ਤੋ ਰੂਮ ਕੇ ਬਾਰੇ। ਘਰ ਵਾਪਸੀ ਕੋ ਮਨ ਬਨਤਾ ਹੈ ਆਪਕਾ ਕਿਆ? ਹਾਂਜੀ ਹਾਂਜੀ। ਤੋ ਪਰਿਵਾਰ ਸੇ ਕਿਆ ਹੋਤਾ, ਜੈਸੇ ਆਪ ਅਲੱਗ ਰਹਿ ਰਹੇ ਹੈ? ਤੋ ਅਭੀ ਬੱਸਾਂ ਗਾੜੀਆਂ ਚਲਤੀ ਨਹੀਂ ਹੈ ਕਿਆ ਆਪਣੇ? ਗਾੜੀਆਂ ਨਹੀਂ ਚਲਦੀਆਂ ਜੀ। ਤੋ ਸਰਕਾਰ ਸੇ ਕੋਈ ਐਸੀ ਮੰਗ ਕੀ ਆਪਕੋ ਘਰ ਜਾਣੇ ਕਾ ਕੁਛ ਪ੍ਰਬੰਧ ਹੋ ਕੇ ਲਈ? ਬੋਲਾ ਥਾ ਫਿਰ ਇੱਕ ਦੋ ਹੱਦ ਵੀ ਹੈ ਉਸ ਕੇ ਲਈ ਬਸ ਭੇਜੀ ਨਹੀਂ। तो खाने का कैसा चल रहा है अभी? खाने का तो है ठीक है, हरिमंदर साहब से मिल रहा है। लेटेस्ट न्यूज अपडेट्स ले पंजाब टाइम्स के यूट्यूब चैनल नू सब्सक्राइब करो अते बैल आइकन नू दबाओ।
ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕਣ।